ਜੈ ਸ਼੍ਰੀ ਕ੍ਰਿਸ਼ਨ ਇਸ ਪਾਰਟ ਵਿੱਚ ਅਸ ਜਿਹੜਾ ਇਹ ਪੰਜਵਾਂ ਪਾਠ ਹੈ ਇਹਦੇ ਵਿੱਚ ਦੂਏ ਅਧਿਆਇ ਦੇ ਜਿਹੜੇ ਕੁਝ ਸ਼ਲੋਕ ਰਹੀ ਇਹਦੇ ਨੇ ਉਹਨੇ ਕੀ ਅਸ ਪੂਰਾ ਕਰਗੇ ਪਹਿਲੇ ਅਸ ਪੜਾ ਦੇ ਸੰਸਕ੍ਰਿਤ ਸੰਸਕ੍ਰਿਤ ਪੜਨੇ ਬਾਅਦ ਉਹਦਾ ਡੋਗਰੀ ਵਿੱਚ ਮੈਂ ਤੁਸੀਂ ਅਰਥ ਦੱਸਣੇ ਦੀ ਕੋਸ਼ਿਸ਼ ਕਰਾਂ ਠੀਕ ਹੈ ਚਲੋ ਸ਼ੁਰੂ ਕਰਨੇ ਆ ਔਰ ਜਾਣਨੇ ਆ ਸ਼ਲੋਕ ਸੰਖਿਆਏ 48ਵਾਂ ਸ਼ਲੋਕ ਹੈ ਜਿਸ ਜੀਸੇ ਉਹਨੇ ਪੜਨਾ ਹੈ ਆਦੇ ਅਗਰ ਲਾਸਟ ਟਾਈਮ ਵਿੱਚ ਗੀਤਾ ਸੁਣਾਈ ਹੋੜੀ ਜਾਏ ਕੋ ਸਹੀਦ ਹੈ ਉਹਦੇ ਨੇ ਕਿਵਾਂ ਨਾ ਮੁਕਤੀ ਹੋਈਂਦੀ ਸਾਹਮਣੇ ਵਾਲੇ ਬੰਦੇ ਦੀ ਹੈ ਨਾ ਅਗਰ ਲਾਸਟ ਵੇਲੇ ਨਹੀਂ ਸੁਣਾਈ ਜਾਏ ਉਹ ਪਹਿਲਾਂ ਸੁਣਾਈ ਹੋੜਿਆ ਤਾਂ ਤਾਂ ਵੀ ਮੁਕਤੀ ਹੋਈਂਦੀ ਬੜੀ ਸ਼ੈਲ ਸ਼ੈਲ ਗੱਲਾਂ ਦੀ ਲਿਖੀ ਦੀਆਂ 48 ਨੰਬਰ ਜਿਹੜਾ ਸ਼ਲੋਕ ਹੈ ਉਸੀ ਮੈਂ ਪੜਨ ਲਗਾ ਤੁਸੀਂ ਕੀ ਕਰਨਾ ਜਿਹੜੇ ਸੁਣਨਾ ਚਾਹਦੇ ਲੋਗ ਉਹਨਦੇ ਕੋਲੇ ਵੀਡੀਓ ਲਾਈ ਰੱਖਣੀ ਹੋ ਆਪ ਉਹ ਸੁਣਨ आप भी सुनो बच्चे भी दसो थोड़ा टाइम कटिए रोज एक घंटा ये जरूर सुनो अपनी डोगरी सुनो अपनी मातृभाषा सुनो और भी अच्छा लगता चलो कोशिश करने और भी मैं आगे जो श्लोक न पढ़ने है। था तानी सर्वानी संयमया काठवा श्लोक है। तानी, सम्यम्या। तानी सर्वानी संयमया युक्त आसीत मतपर तानी सर्वाणी संयम्य युक्त आसीत मतपरा वशे ही यसे यस्ेंद्रिया तस्य प्रज्ञा प्रतिष्ठिता प्रज्ञा की गल हो बार बार प्रज्ञा बुद्धि की कोदी बुद्धि स्थिर है ऐसा प्रश्न जड़ा अर्जुन ने भगवान श्री कृष्ण जी को पूछा है जी स्थिर प्रज्ञा कौन है वो पहचान वो, वो लक्षण भगवान श्री कृष्ण जी ਉਦੇ ਜਵਾਬ ਦਿੰਦੇ ਹੋਈ ਉਹਨੇ ਬੜੇ سارے ਜਿਹੜੇ ਸ਼ਲੋਕ ਨੂੰ ਬੋਲੇ ਉਹਦੇ ਚ ਇੱਕ ਸ਼ਲੋਕ ਵੀ ਇਹਦੇ ਲਿਖਦਾ ਹੈ ਕਿ ਇਸ ਲਈ ਇਸ ਵਾਸਤਾ ਜਿਹੜਾ ਸਾਧਕ ਹੈ ਉਸੇ ਚਾਹੀਦਾ ਹੀ ਉਹ ਆਪਣੀ ਇੰਦਰੀਆਂ ਕੀ ਵਸ਼ ਵਿੱਚ ਰੱਖੇ ਜਿਹੜੀਆਂ ਉਹਦੀ ਇੰਦਰੀਆਂ ਉਹਨੇ ਵਸ਼ ਵਿੱਚ ਰੱਖੇ ਅਤੇ ਆਪਣੇ ਚਿੱਤ ਕੀ ਜਿਹੜਾ ਆਪਣਾ ਜਿਹੜਾ ਸਰੀਰ ਹੈ ਆਪਣਾ ਜਿਹੜਾ ਮਨ ਹੈ ਉਸੇ ਸਾਰੇ ਦੇ ਪ੍ਰਤੀ ਬਰਾਬਰ ਦਿਖਣ ਵਾਲਾ ਬਣ ਜਾਏ ਉਸਾਰੇ Nghi ਬਰਾਬਰ ਦੇਖਿਆ ਕਿ ਜਾ। ਔਰ ਹਮੇਸ਼ਾ ਐਸਾ ਸੋਚਦੇ ਹੋਈ ਧਿਆਨ ਵਿੱਚ ਬਵੇਂ, ਧਿਆਨ ਕਰਿਓ। ਕਿਉਂਕਿ ਅਹਦੇ ਜਿਸ ਬੰਦੇ ਦੀਆਂ, ਜਿਸ ਇਨਸਾਨ ਦੀਆਂ ਇੰਦਰੀਆਂ ਉਹਦੇ ਵਸ਼ ਵਿੱਚ ਹੁੰਦੀਆਂ। ਉਹਦੀ ਬੁੱਧੀ ਦਾ ਸਥਿਰ ਹੋ ਸਕਦੀ ਹੈ। ਜੇ ਦੀਆਂ ਇੰਦਰੀਆਂ ਵਸ਼ ਵਿੱਚ ਨਹੀਂ ਨਾ, ਉਹਦੀ ਬੁੱਧੀ ਸਥਿਰ ਕਿੰੋਈ ਸਕਦੀ। ऐसा भगवान श्री कृष्ण जी श्लोक काठवें नंबर श्लोक में ऐसी गल दे उनस बदने अग्गै और है काठवा बाठवा श्लोक लिखेगा ध्या विषयान पुंसा ध्यायतो विषयान पुंसा संगस्तेशु पजायते संगात संजायते कामा संगात संजायते कामा कामात् क्रोधो अभिजात ये भी बहुत अच्छा श्लोक देखो ध्यायतो ध्यायतो विषयानपुंसा संगस्तेषु उपजाय संगात संजायते काम कामात क्रोधो भिजात ये श्लोक है हूं अंदीच के अर्थ है उसी दिखिए अगरी बच अर्थ तक ਲਿਖਿਆ ਦਾ ਹੈ ਕਿ ਜਿਹੜਾ ਆਦਮੀ ਜਿਸ ਸੁਖ ਦੇ ਬਾਰੇ ਹੀ ਸੋਚਦਾ ਹੈ ਵਿਸ਼ੇ ਹੀ ਹੈ ਸੁਖ ਹੈ ਨਾ ਆਦਤਾਂ ਹੁੰਦੀਆਂ ਜਿਹੜੀਆਂ ਪੇਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਦਤਾਂ ਹੁੰਦੀਆਂ ਵਿਸ਼ੇ ਆਦੇ ਹੋਣੇ ਇਹਾਂ ਇੱਕ ਮਛਲੀ ਹੈ ਮਛਲੀ ਵਾਸਤੇ ਵਿਸ਼ੇ ਕੀ ਹੁੰਦਾ ਮਛਲੀ ਵਾਸਤੇ ਪਾਣੀਏ ਚ ਕਿਛ ਵੀ ਪਵੈ ਤਾਂ ਉਹ ਸੀ ਮਤਲਬ ਤੁਰੰਤ ਖਾਣੇ ਦੀ ਕੋਸ਼ਿਸ਼ ਕਰਦੀ ਉਹ ਜਿਹੜੀ ਪਾਣੀਏ ਦੀ ਚੀਜ਼ ਪਵਾਦੀ ਉਹਦੇ ਵਾਸਤੇ ਕੀ ਹੈ ਵਿਸ਼ੇ ਹੈ ਉਸ ਵਿਸ਼ੇ ਕੀ ਖਾਣੇ ਵਾਸਤੇ ਜਿੰਨਾ ਉਹ ਮੂੰਹ ਅੱਗੇ ਪਰਦੀ ਤੇ ਕੰਡਾ ਹੁੰਦਾ ਲੋਕੇ ਸੱਟੇ ਦਾਦਾ ਉਹਦੇ ਚ ਉਹ ਪੜ੍ਹ ਗਈ ਇਹ ਨਹੀਂ ਤੇ ਮਰੀ ਜਾਂਦੀ ਉਹ ਲੈ ਮਤਲਬ ਵਿਸ਼ੇ ਦਾ ਇਹ ਫਲ ਲਉਦਾ ਲਿਖਿਆ ਹੈ ਕਿ ਜਿਹੜਾ ਵਿਸ਼ੇ ਦੇ ਬਾਰੇ ਸੋਚਦਾ ਜਿਹੜਾ ਇਨਸਾਨ ਉਸੀ ਉਹਨੇ ਵਿਸ਼ੇ ਕਨੇ ਜਿਹੜਾ ਲਗਾਵਿੰਦਾ ਕੋਈ ਇੱਕ ਚੀਜ਼ ਆਸ ਰੋਜ਼ ਖੰਨੇ ਆ ਉਹਦੇ ਕਨੇ ਥਾ ਲਗਾਵਿੰਦਾ ਦਾ ਜਿਹੜੀ ਅਸੀਂ ਲਗਾਵ ਹੈ ਉਹ ਜਿਹੜਾ ਉਹਨੇ ਵਿਸ਼ੇ ਕੀ ਪਾਣੇ ਦੀ ਸੋਚਦਾ ਰਹਿੰਦਾ ਭਾਈ ਅਜੋ ਚੀਜ਼ ਵੀ ਲੱਭਕ ਤੇ ਕਿਹਾਂ ਲੱਭਕ ਔਰ ਉਹ ਜਿਹੜੀ ਕਾਮਨਾ ਹੈ ਉਹ ਜਿਹੜੀ ਸੋਚ ਹੈ ਕਿ ਅਸੀਂ ਇਹ ਚੀਜ਼ ਲੱਭ ਹੀ ਲੱਭ ਅਗਰ ਉਹ ਚੀਜ਼ ਨਹੀਂ ਲੱਭਦੀ ਤਾਂ ਕੀ ਹੁੰਦਾ ਉਹਦੇ ਵਿੱਚ ਵਿਗਨ ਪੈ ਜਾਂਦਾ ਵਿਗਨ ਪਉਣੇ ਨੇ ਕੀ ਹੁੰਦਾ ਜਿੱਲੇ ਵੀ ਕਿਸੇ ਚੀਜ਼ੇ ਵਿਗਨ ਪੈ ਜਾਂਦਾ ਰੁਕਾਵਟ ਆ ਜਾਂਦੀ ਉਹਦਾਂ ਨੇ ਕੀ ਹੁੰਦਾ ਸੀ ਗੁੱਸਾ ਚੜਦਾ ਕਰੋਧ ਪੈਦਾ ਹੁੰਦਾ ਉਹਨੇ ਤਾਂ ਜਿਹੜਾ ਕਰੋਧ ਹੈ ਉਹ ਕੀ ਹੈ ਉਹਦੇ ਬਾਰੇ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਆਖਿਆ ਦਾ ਅਗਲੇ ਸ਼ਲੋਕ ਵਿੱਚ ਬੜਾ ਸੁੰਦਰ ਸ਼ਲੋਕ ਹੈ ਇਸੀ ਤੋਂ ਸੀ ਯਾਦ ਕਰ ਲਿਓ ਵਿਸ਼ਾ ਸਾਰੇ ਦੱਸਣਾ ਚਾਹੀਦਾ ਕਿ ਕਰੋਧ ਕਰਨੇ ਨੇ ਕੀ ਹੁੰਦਾ क्रोधाद भवती सम्मोहा हा। क्रोधा क्रोधाद इत दो अक्षर एक दा पहले दा ले लेने उस क्रोधाद दा गया पीछे और क्रिया भवती भवती सम्मोहा सम्मोहात सम्मोहात स्मृति विभ्रम स्मृति वृंशाद बुद्धिनाशो बुद्धिनाशात प्रणश्यति भवति सम्मो सम्मोहात् स्मृति स्मृति व्रंशाद बुद्धिनाशो बुद्धिनाशात प्रणश्यति लिखेगा कि क्रोध करने, करने जड़ी मोह है वो पैदा होता के होता एक एक अज्ञानता दा भाव एक ਮਮ ਐਸਾ ਇਨਸਾਨ ਬਣੀਂਦਾ ਕਰੋਧ ਕਰਨੇ ਵਾਲਾ ਜਿਸੇ ਕਿਸੇ ਚੀਜ਼ ਦਾ ਗਿਆਨ ਨਹੀਂ ਰੋਂਦਾ ਐਸਾ ਬਣੀਂਦਾ ਮੂਰਖ ਬਣੀਂਦਾ ਕਰੋਧ ਕਰਨੇ ਨੇ ਇਨਸਾਨ ਮੂਰਖ ਬਣੀਂਦਾ ਦਾ ਮੂਰਖ ਜਿੱਲੋ ਇੰਦਾ ਉੱਲਕੇ ਵੰਦਾ ਕਿ ਉਹਦਾ ਜਿਹੜੀ ਉਹਦਾ ਦਿਮਾਗ ਹੈ ਉਹਦੇ ਵਿੱਚ ਸ਼ੱਕ ਪੈਦਾ ਲੇ ਬੁੰਦਾ ਉਹਨੂੰ ਬ੍ਰਹਮ ਕਹਦੇ ਸ਼ੱਕੀ ਉਹ ਦੇਖਣੇ ਉਹਦੇ ਦਿਮਾਗੇ ਸ਼ੱਕ ਲਈ ਪੁੰਦਾ ਪੈਦਾ ਹੁਣ ਕੀ ਕਿੰਜ ਨਹੀਂ ਹੋਇਆ ਹੈਨਾ ਦਾ ਜਿੱਲੇ ਦਿਮਾਗੇ ਵਿੱਚ ਸ਼ੱਕ ਪੈਦਾ ਲੇ ਪੁੰਦਾ ਹੁਣ ਉਹਦੇ ਕਿੰਨੇ ਕੀ ਹੁੰਦਾ ਹੈ ਸੜਾ ਜਿਹੜਾ ਦਿਮਾਗ ਹੈ ਉਹਦੇ ਅੰਦਰ ਜਿਹੜੀ ਗਿਆਨ ਗਿਆਨ حاصل ਕਰਨ ਵਾਲੀ ਜਿਹੜੀ ਸ਼ਕਤੀ ਹੈ ਉਹ ਖਤਮ ਲਈ ਹੁੰਦੀ ਉਹਨ ਗਿਆਨ ਸ਼ਕਤੀ ਦਾ ਨਾਸ਼ ਲਈ ਹੁੰਦਾ ਔਰ ਜਿੱਲੇ ਬੁੱਧੀ ਦਾ ਨਾਸ਼ ਲਈ ਹੁੰਦਾ ਉਹ ਉਸ ਬੁੱਧੀ ਦਾ ਨਾਸ਼ ਲਈ ਪੁੰਦਾ ਹਾਂ ਦ ਫਿਰ ਆਪੂ ਸੋਚ ਲਿਓ ਕਿ ਜਿੱਲੇ ਇਨਸਾਨ ਦੀ ਬੁੱਧੀ ਨਹੀਂ ਰਹਿੰਦੀ ਕਿ ਆ ਇਨਸਾਨ ਰਹੁੰਦਾ ਫਿਰ ਜਿੱਲੇ ਬੁੱਧੀ ਦਾ ਨਾਸ਼ ਲਈ ਹੁੰਦਾ ਉਹ ਉਹ પુરੁਸ਼ ਜਿਹੜਾ ਹੈ ਉਹ ਆਪਣੀ ਜਿਹੜੀ ਸਥਿਤੀ ਹੈ ਉਹਦੇ ਤੋਂ ਵੀ ਥੱਲੇ ਗਰੀ ਜਾਂਦਾ

ठीक है देखो ये आइया तथा तक विषया फिर आइया निंद्रिय फिर आइया स्रण आत्मवश्य आत्मवश्य विधेय आत्मा प्रसाद मद गच्छति आत्मवश्य विधेय आत्मा प्रसाद मधि गच्छति अर्थ है कि जिस बंदे ने अपने अंताकरण की अपने मन की अपने वश में कर लेता ਕਰਨੇ ਉਹ ਸਾਧਕ ਹੈ ਸਾਧਕ ਬਲੋ ਸਾਧਨਾ ਕਰਨ ਵਾਲਾ ਉਹਨੇ ਆਪਣੇ ਵਸ਼ ਵਿੱਚ ਆਪਣੇ ਅੰਤਕਾਰਨ ਕੀ ਕਰ ਲਿਆ ਅੰਤਕਾਰਨ ਜਿਹੜਾ ਆਪਣੇ ਵਸ਼ ਵਿੱਚ ਹੋਈਦਾ ਉੱਲ੍ਹਾ ਕਿ ਹੁੰਦਾ ਕਿ ਸਾੜਾ ਜਿਹੜਾ ਕੁਛ ਹੈ ਕਿਨੇ ਲਾਡ ਪਿਆਰ ਹੈ ਜਾਂ ਜਿਹੜੀ ਸਾੜੇ ਕੁਛ ਹੈ ਕਿਨੇ ਨਫ਼ਰਤ ਹੈ ਉਹ ਰਹੁੰਦਾ ਹੀ ਨਹੀਂ ਉਸੇ ਨੇ ਨਾ ਕੁਛ ਨੇ ਲਾਡ ਪਿਆਰ ਨਾ ਕੁਛ ਨੇ ਨਫ਼ਰਤ ਇੱਕ ਐਸਾ ਭਾਵ ਆਈਂਦਾ ਸਾੜੇ ਸਰੀਰ ਦੇ ਅੰਦਰ ਦੇ ਜਿਹੜੀ ਇੰਦਰੀਆਂ ਇন্দ্রਿਆ ਜਿਹੜੀਆਂ ਉਹਨੇ ਵਿਸ਼ਿਆਂ ਕੋਲ ਜਿਹੜੇ ਵਿਸ਼ੇ ਚ ਅਸ ਫਸੇ ਨੇ ਉਹਦੇ ਕੋਲ ਆ ਉੱਪਰ ਉਠ ਹੀ ਜਾਂਦੀਆਂ ਉਹ ਜਿਹੜੇ ਸੁਖਨ ਜਿਹੜਾ ਇਹ ਵਿਸ਼ੇਗ ਇਹਨਾਂ ਲੱਭਦੇ ਉਹ ਸਾਡੇ ਇੰਦਰੀਆਂ ਵਿੱਚ ਆਪਣੇ ਆਪ ਵਿੱਚ ਰਣ ਲੈ ਪੁੰਦੇ ਕਰਨ। ਔਰ ਅੰਤਕਰਨ ਜਿਹੜਾ ਸੜਾਉ ਖੁਸ਼ ਲੈ ਪੁੰਦਾ ਉਹਨ ਸੜਾ ਜਿਹੜਾ ਅੰਦਰੂਨੀ ਮਨ ਹੈ ਜਿਹੜਾ ਉਹ ਖੁਸ਼ ਲੈ ਪੁੰਦਾ ਉਹਨੋ ਕੁਲ ਲੈ ਪੁੰਦਾ ਉਹ ਸੁਖੀ ਵਸਤਾ ਕੀ ਕਰਨਾ ਪੁੰਦਾ ਆਪਣੀ ਇੰਦਰੀਆਂ ਕੀ ਵਸ਼ ਕਰਨਾ ਔਰ ਇੰਦਰੀਆਂ ਹੀ ਵਸ਼ ਕਰੀਏ। ਸਾਧਨਾ ਕਰਨੀ ਅੰਤਾਕਰਨ ਆਪਣਾ ਸਹੀ ਕਰਨ ਵਾਸਤੇ ਜੇ ਅੰਤਾਕਰਨ ਸਹੀ ਹੋਈ ਜਾਂਦਾ ਅੰਤਾਕਰਨ ਦਾ ਅੰਦਰ ਵਾਲਾ ਅੰਦਰ ਵਾਲਾ ਜਿਹੜਾ ਸਾਡਾ ਮਨ ਹੈ ਉਹ ਹੈ ਨਾ ਜੇ ਲੈ ਉਹ ਖੁਸ਼ ਹੋਈ ਜਾਂਦਾ ਤਾਂ ਸਮਝੋ ਸਾਡੇ ਅੰਦਰ ਜਿਹੜਾ ਕੁਸੇ ਪ੍ਰਤੀ ਲਾੜ ਪਿਆਰ ਦੀ ਭਾਵਨਾ ਨਫ਼ਰਤ ਵਾਲੀ ਭਾਵਨਾ ਖਤਮ ਹੋ ਜਾਂਦੀ ਜੇ ਲੈ ਉਹ ਖਤਮ ਹੋ ਜਾਂਦੀ ਤਾਂ ਸੁਖ ਹੀ ਸੁਖ ਅਗੇ ਲਿਖਿਆ ਦਾ ਪ੍ਰਸਾਦੇ ਸਰਵ ਦੁੱਖਾਨਾਂ ਪ੍ਰਸਾਦੇ ਸਰਵ ਦੁੱਖਾਨਾਂ ਹਾਨੀ ਰਸਿਓ ਪਜਾਇਤੇ ਹਾਨੀ रस्यो हानि रस्योप जायते प्रसन्न चेतसो ह्याशु बुद्धिहि परय वतिष्ठते बुद्धिहि परय वतिष्ठते ठीक है ये ये श्लोक इदार्थे प्रसादे सर्व दुखानाम हानि रस्योप जायते प्रसन्न चेतसो ह्याशु बुद्धिहि परय वतिष्ठते असड़ अंतागढ़ जिला उसी खुशी लेपई होन अंतागढ़ ਆਪਣੇ ਆਪ ਖੁਸ਼ਲੇ ਪਿਆਉ ਨੋ ਪ੍ਰਸੰਨ ਹੋਇਆ ਉਹ ਦੇਖਣੇ ਕਿ ਜਿੰਨੇ ਵੀ ਦੁੱਖ ਹਨ ਉਹ ਕੱਟੀ ਜਾਂਦੇ ਸਾਡੇ ਸਰੀਰ ਦੇ ਅੰਦਰ ਸਾਡੇ ਆਪਣੇ ਆਪ ਦੇ ਅੰਦਰ ਉਸ ਸਰੀਰ ਕੇ ਦੁੱਖ ਜੜੇ ਉਹ ਬਿਲਕੁਲ ਕੱਟੀ ਜਾਂਦੇ ਹੁੰਦਾ ਅਭਾਵ ਹੁੰਦਾ ਔਰ ਉਸ ਪ੍ਰਸੰਨ ਚਿੱਤ ਆਲਾ ਜਿਹੜਾ ਉਹ ਆਦਮੀ ਹੈ ਉਹ ਸਿਹਦੇ ਕਰਮ ਯੋਗੀ ਜਿਹੜਾ ਪ੍ਰਸੰਨ ਚਿੱਤ ਆਲਾ ਜਿਹੜਾ ਕਰਮ ਯੋਗੀ ਹੈ ਉਹਦੀ ਜਿਹੜੀ ਬੁੱਧੀ ਹੈ ਜਲਦੀ ਦੇ ਸਾਰੀ ਤਰਫਾਂ اٹੀਏ ਇੱਕ ਪਰਮਾਤਮਾ ਵਿੱਚ ਲੱਗ ਜਾਂਦੀ ਔਰ ਉਹ ਭਲੀਵਾਨਤੀ ਉਹਦੇ ਵਿੱਚ ਡੁੱਬੀ ਜਾਂਦਾ ਮਤਲਬ ਸਹੀ ਤਰੀਕੇ ਕਹਿੰਦੇ ਉਹ ਈਸ਼ਵਰ ਵਿੱਚ ਲੱਗ ਜਾਂਦਾ ਉਹ ਕੁਲਾ ਲੱਗਦਾ ਜਿੱਲਾ ਉਹ ਅੰਤਾਕਰਨ ਜਿੱਲਾ ਉਹ ਪ੍ਰਸੰਨ ਹੋ ਅੰਤਾਕਰਨ ਕੀ ਲੱਭ ਪ੍ਰਸੰਨ ਹੋ ਕੁਲਾ ਪ੍ਰਸੰਨ ਕੁਲਾ ਪ੍ਰਸੰਨ ਦਾ ਅਗਰ ਸਥਿਰ ਬੁੱਧੀ ਹੈ ਉਹ ਇਨਸਾਨ ਉਹਦਾ ਹੀ ਅੰਤਾਕਰਨ ਪ੍ਰਸੰਨ ਹੁੰਦਾ ਸਥਿਰ ਬੁੱਧੀ ਕੋਣ ਹੈ ਉਹਦੇ ਬਾਰੇ ਅਸੀਂ ਪਹਿਲੇ ਪੜ ਲਿਆ ਉਹ ਅਸੀਂ ਲਿਖਿਆ ਨਾਸਤੀ ਬੁੱਧੀ ਰਯੁਕਤਸਯ ਨਾਸਤੀ ਬੁੱਧੀ ਰਯੁਕਤਸਯ ਨਾਚਾ ਯੁਕਤਸਯ ਭਾਵਨਾ ਨਾਚਾ ਭਾਵਯਤਹ ਸ਼ਾਂਤੀ शांत अशांत कुख ये श्लोक कुछ इस तरह है ना बुद्धियुक्त नास्ति बुद्धिरयुक्त नाचा युक्त भावना नाचा भावयता शांति रशात सुख यदा अर्थ है ये नहीं जिंद भी अगर ਮਨ ਦਾ ਇੰਦਰੀਆਂ ਅਲਾ ਜਿਹੜਾ ਇਨਸਾਨ ਹੈ ਜਿਹੜਾ ਅਗਰ ਉਹ ਨਹੀਂ ਵੀ ਜੀਆ ਦਾ ਮਨ ਦੇ ਇੰਦਰੀਆਂ ਵਾਲਾ ਜਿਹੜਾ ਪੁਰਸ਼ ਹੈ ਉਹਦੇ ਅੰਦਰ ਅਗਰ ਨਿਸ਼ਚਾਤਮਿਕਤਾ ਬੁੱਧੀ ਨਹੀਂ ਹੁੰਦੀ ਸਹੀ ਡਿਸੀਜਨ ਲੈਣ ਵਾਲਾ ਅਗਰ ਦਿਮਾਗ ਉਹਦੇ ਅੰਦਰ ਨਹੀਂ ਹੁੰਦਾ ਦ ਐਸੇ ਇਨਸਾਨ ਦੇ ਅੰਦਰ ਉਹ ਯੋਗੇ ਇਨਸਾਨ ਨਹੀਂ ਹੈ ਉਹਦੇ ਅੰਦਰ ਉਹਦੇ ਅੰਤਾਕਰਣ ਵਿੱਚ ਭਾਵਨਾ ਵੀ ਨਹੀਂ ਹੁੰਦੀ ਕਿਸੇ ਵੀ ਪ੍ਰਕਾਰ ਦੀ ਉਹਦੇ ਅੰਦਰ ਭਾਵਨਾ ਵੀ ਨਹੀਂ ਹੁੰਦੀ ਤਾਂ ਜਿਹਦੇ ਅੰਦਰ ਭਾਵਨਾ ਨਹੀਂ ਹੁੰਦੀ ਐਸੇ ਮਨੁਸ਼ੇ ਕੀ ਸ਼ਾਂਤੀ ਨਹੀਂ ਮਿਲ ਸਕਦੀ। ਔਰ ਜਿਹੜਾ ਸ਼ਾਂਤੀ ਦੇ ਬਿਨਾਂ ਰੋਣੇ ਵਾਲਾ ਮਨੁਸ਼ੇ ਉਸੀ ਪਲਾਸੋਕ ਕਹਿੰਿਆ ਲੱਭੀ ਸਕਦਾ। ਇਸ ਸ਼ਲੋਕ ਵਿੱਚ ਇਹ ਗੱਲ ਲਿਖੀ ਦੀ ਹੈ ਕਿ ਅਗਰ ਕੋਈ ਨਹੀਂ ਵੀ ਜੀਆ ਦਾ ਨਾ ਜੀਤੇ ਹੋਏ। ਨਾ ਜੀਤੇ ਅੱਛਾ ਇਹਦਾ ਕੁਝ ਅਰਥ ਗਲਤ ਹੈ। ਇਹਦਾ ਅਰਥ ਹੈ ਕਿ ਨਾ ਜੀਤੇ ਹੋਏ जिने अपने मन की नहीं जितया अपनी इंद्रियों पर वश नहीं कता मतलब हैं कि अपने मन और इंद्रियों की जितना है। मन उपर कं, पूरा कंट्रोल करना इंद्रियों पर कर लेना ला की नहीं जीत ऐसे पुरुष की जी निश्चयात्मिकता बुद्धि नहीं सकती ठीक है और उस अयुक्त मनुष्य दे जो आयुक्त मनुष्य अयुक्त मतलब ਇਕਦਾ ਹੁੰਦਾ ਅਯੁਕਤ ਮਤਲਬ ਜੁੜਿਆ ਦਾ ਮਨੁਸ਼ੀ ਇਕੋ ਹੀ ਦਾ ਅਯੁਕਤ ਮਨੁਸ਼ੀ ਉਹਦੇ ਅੰਤਕਾਰਨ ਵਿੱਚ ਭਾਵਨਾ ਵੀ ਨਹੀਂ ਹੁੰਦੀ ਔਰ ਜਿਹਦੇ ਅੰਦਰ ਭਾਵਨਾ ਨਹੀਂ ਹੁੰਦੀ ਉਸ ਮਨੁਸ਼ੀ ਕੀ ਸ਼ਾਂਤੀ ਨਹੀਂ ਮਿਲਦੀ ਔਰ ਸ਼ਾਂਤੀ ਦੇ ਬਿਨਾ ਜਿਹੜਾ ਮਨੁਸ਼ੀ ਹੈ ਉਹ ਸੁਖ ਕਿੰਨਾ ਪ੍ਰਾਪਤ ਕਰੀ ਸਕਦਾ ਅੱਗੇ ਲਿਖਿਆ ਦਾ ਇੰਦਰੀਆਂ ਆਨ ਹੀ ਚਰਤਾਂ ਇੰਦਰੀਆਂ ਆਨ ਹੀ ਚਰਤਾਂ ਯਨ ਮਨੋ ਨੂ ਵਿਦੀਯਤੇ ਤਦਸਯ ਹਰਤੀ ਪ੍ਰਗਿਆਮ ਵਾਇੁਰ ਨਾਵ वांवसि इन्द्रियाणां हि चरतां यन्मनो विधीयते तदस्या हरतिप्रज्ञां वायुर्नावमिवांवसि इन्द्रियाणां हि चरतां यन्मनो विधीयते तदस्या हरति प्रज्ञां वायुर्नावमि वांवसी ਉਕ ਦਾ ਯਰਥ ਹੈ ਕਿ ਜਿញਾ ਜਲ ਵਿੱਚ ਇੱਕ ਨਾਅ ਚਲਦੀ ਹੈ ਉਸੀ ਜੜੀ ਆਵਾ ਹੈ ਉਹ ਕੇ ਕਰਦੀ ਆਪਣੇ ਵਸ਼ ਵਿੱਚ ਕਰ ਲੈਂਦੀ ਹੈ ਆਵਾਜ਼ 사이 ਦੇ ਚਲਗ ਨਾਅ ਉਸੇ 사이 ਦੇ ਪੁੰਦੀ ਚਲ ਇੰਨਾਂ ਦੇ ਜਿਹੜਾ ਇਨਸਾਨ ਵਿਸ਼ੇ ਵਿੱਚ ਡੁੱਬੇ ਦਾ ਹੁੰਦਾ ਜਿਹੜਾ ਇੰਦਰੀਆਂ ਉਹਦਾ ਅਲੱਗ-ਅਲੱਗ ਵਿਸ਼ੇ ਹੁੰਦਾ ਜਿញਾ ਅੱਖੀਆਂ ਅੱਖੀਆਂ ਦਾ ਵਿਸ਼ਾ ਕੀ ਹੈ ਉਸੀ ਅੱਛਾ-ਅੱਛਾ ਲੱਭੇ ਦਿਖਣੇ ਜੀਵ ਦਾ ਵਿਸ਼ੇ ਕੀ ਹੈ ਉਸੀ ਅੱਛਾ-ਅੱਛਾ ਖਾਣੇ ਲੱਭੇ ਹੈਨਾ ਦੇ ਜੇ ਉਹਨਾਂ ਦੇ ਜਿਹੜੇ ਵਿਸ਼ੇ ਵਿੱਚ ਕੁਮ ਜਿਹੜੀ ਸਾਡੀ ਇੰਦਰੀਆਂ ਉਹਦੇ ਵਿੱਚ ਜਿਹੜਾ ਮਨ ਹੈ ਜਿਸ ਇੰਦਰੀ ਗੰਨੇ ਵੀ ਰੋਂਦਾ ਮਨ ਜਿਹੜਾ ਸਾਡਾ ਜਿਸ ਵੀ ਇੰਦਰੀ ਗੰਨੇ ਰੋਂਦਾ ਉਹ ਇੰਦਰੀ ਜਿਹੜੀ ਹੈ ਉਸ ਆਯੁਕਤ ਪੁਰਸ਼ ਦੀ ਬੁੱਧੀ ਘੇਰੀ ਲੈਂਦੀ ਉਸੇ ਮਤਲਬ ਚੁਰਾਈ ਲੈਂਦੀ ਉਹਦੇ ਉੱਪਰ ਪੂਰਾ ਪੂਰਾ ਜਿਹੜਾ acomat ਚਲਾ ਲੈਂਦੀ ਪੂਰਾ ਕੰਟਰੋਲ ਕਰ ਲੈਂਦੀ ਜੀਆਂ ਆਵਾਜ਼ ਜਿਹੜੀ ਹੈ ਜਿੱਲ੍ਹਾ ਨੋਕਾ ਉਪਰ ਆ ਵੀਂਦੀ ਦਾ ਆਵਾਜੇ ਸਾਈਡ ਵੀ ਚੱਲਿਆ ਉਸ ਸਾਈਡ ਨੋਕਾ ਲਈ ਜਿੰਦਗੀ ਉਹ ਜਿਹਾਂ ਅਗਰ ਅਸੀਂ ਅੱਖੇ ਨੇ ਕੁਝ ਦਿਖਣੇ ਦੀ ਬੜੀ ਬੜਾ ਮਤਲਬ ਸ਼ੌਕ ਹੈ ਮੋਬਾਈਲ ਦੇਖਣ ਦਾ ਸ਼ੌਕ ਹੈ ਤਾਂ ਮਨ ਜਿਹੜਾ ਸਾਡਾ ਉਸ ਵਿਸ਼ੇ ਵਿੱਚ ਜਿਹੜਾ ਪੂਰਾ ਕਿਉਈਆ ਡੁੱਬਿਆ ਮਨ ਜਿਹੜਾ ਉਸ ਇੰਦਰੀਏ ਕੰਨੇ ਹੀ ਲੇ ਪਿਆ ਰੋਣ ਅਗਰ ਐਸੇ ਮੋਬਾਈਲ ਨਹੀਂ ਲਪੇ ਤਾਂ ਐਸੇ ਦੁਖੀ ਵੀ ਨਹੀਂ ਨਾ ਤਾਂ ਕੀ ਹੁੰਦਾ ਕਿ ਉਹ ਇੱਕ ਜਿਹੜੀ ਇੰਦਰੀ ਹੈ ਉਹ ਐਸਰ ਆਖੀਆਂ ਹੀ ਮੰਨ ਲਿਓ ਉਹ ਅਗੇ ਕਰਦੀ ਕਿ ਉਸ ਪੁਰਸ਼ ਤੇ ਬੁੱਧੀ ਕੀ ਅਰਿਲਨਿਆ ਉਸ ਪੁਰਸ਼ ਤੇ ਬੁੱਧੀ ਕੀ ਆਪਣੇ ਕੰਟਰੋਲ ਵਿੱਚ ਕਰ ਲੈਂਦੀ ਕੋਈ ਵੀ ਇੱਕ ਇੰਦਰੀ ਹਰ ਬੰਦੇ ਦੇ ਜੀਵਨ ਵਿੱਚ ਇੱਕ ਇੰਦਰੀ ਜਿਹੜੀ ਐਸੀ ਹੁੰਦੀ ਹੈ ਜਿਹੜੀ ਉਸ ਹੀ ਆਪਣੇ ਵਸ਼ ਵਿੱਚ ਕਰ ਹੀ ਲੈਂਦੀ ਅਗੇ ਲਿਖਿਆ ਤਾਂ ਤਸਮਾਦਯਸਯ ਮਹਾਵਾਹੋ ਤਸਮਾਦਯਸਯ ਮਹਾਵਾਹੋ ਨਿਗ੍ਰਹੀਤਾਨੀ ਸਰਵਸ਼ਹ ਇੰਦਰੀਆਂ ਇੰਦਰੀਆਰਥੇ ਬਯਸ इन्द्रिया निन्द्रियार्थेव्यस पहले ही पढ़या तस्य प्रज्ञा प्रतिष्ठित इस श्लोक में ये लिखेदा मुड़ी पड़ले नेसी तस्माद्यस्य महाबाहो निगृहीतानी सर्वशः इन्द्रियानिन्द्रियार्थेव्यस तस्य प्रज्ञा प्रतिष्ठित ये लिखयादा कि ए महाबाहो हे महान बाहु वाले अर्जुन जिस पुरुष ने अपनी इंद्रियों की ਇੰਦਰੀਆਂ ਕੀ ਜਿੱਤੀ ਲੈਦਾ ਉਹਨੇ ਉਹਦੇ ਵਿੱਚ ਜਿਹੜੇ ਵੀ ਵਿਸ਼ੇ ਆ ਇਹ ਉਹਨੇ ਵਿਸ਼ੇ ਕੀ ਹਟਾਈ ਲੈਦਾ ਉਹਦੀ ਹੀ ਬੁੱਧੀ ਜੜੀ ਹੈ ਉਸਥਿਰ ਹੈ ਮਤਲਬ ਜਿਸ ਪੁਰਸ਼ ਪੁਰਸ਼ ਨੇ ਆਪਣੇ ਉੱਪਰ ਆਪਣੀ ਇੰਦਰੀਆਂ ਉੱਪਰ ਵਿਸ਼ੇ ਕੀ ਆ ਵੀ ਨਹੀਂ ਹੋਣ ਦਿੱਤਾ ਦਾ ਮਤਲਬ ਉਹ ਉਸੇ ਅਗਰ ਮੰਨ ਲਿਓ ਕਿ ਉਸੇ ਖਾਣੇ ਦਾ ਸ਼ੌਕ ਹੈ ਲੇਕਿਨ ਪਹਿਲਾਂ ਉਸੇ ਖਾਣੇ ਦਾ ਸ਼ੌਕ ਆ ਮਤਲਬ ਜਿਹੜੀ ਜਿਹਵਾ ਇੰਦਰੀ ਹੀ ਰਸ ਲੈਣ ਵਾਲੀ ਇੰਦਰੀ ਹੈ ਉਸੀ ਪਹਿਲਾ ਬੜਾ ਖਨਾਸ਼ ਹੋਗਾ ਲੇਕਿਨ ਬਾਅਦ ਵਿੱਚ ਆਸਤਿਕ ਕਰੀ ਕਰੀਓ ਨੇ ਕੇ ਕਹਾਤਾ ਉਹਦਾ ਪੂਰਾ ਕੰਟਰੋਲ ਕਰ ਲਿਆ ਉਸੇ ਨਿਗਰਹਿ ਕਰ ਲਿਆ ਉਸੇ ਪੂਰਾ ਆਪਣੇ ਵਸ਼ ਵਿੱਚ ਕਰ ਲਿਆ ਉਹਦੀ ਬੁੱਧੀ ਮਤਲਬ ਸਥਿਰ ਹੋਈ ਇਆਂ ਜੜੀਆਂ ਸਾਡੀਆਂ ਹੋਰ ਇੰਦਰੀਆਂ ਇੰਦਰੀਆਂ ਚ ਕਿਹੜੀ ਕਿਹੜੀ ਇੰਦਰੀਆਂ ਹੁੰਦੀਆਂ ਨੇ ਅੱਖ ਹੈ ਹੈਨਾ ਅੱਖ ਵੀ ਇੱਕ ਗਿਆਨ ਇੰਦਰੀ ਹੁੰਦੀ ਹੈ ਨੱਕ ਹੈ ਸੁੰਘਣੇ ਦੀ ਗਿਆਨ ਇੰਦਰੀ ਹੁੰਦੀ ਹੈ ਮੂੰਹ ਹੈ ਜੀਵ ਹੈ ਹੈਨਾ ਜਿਹੜਾ ਰਸ ਲੈਣੇ ਦੀ ਇੰਦਰੀ ਹੁੰਦੀ ਹੈ ਕੰਨ ਨੇ ਜਿਹੜਾ ਅੱਛਾ-ਅੱਛਾ ਸੁਣਨੇ ਦੀ ਇੰਦਰੀ ਹੁੰਦੀ ਹੈ ਕੰਨ ਜਿਹੜਾ ਸਾਡਾ ਚਮੜਾ ਹੈ ਸਕਿਨ ਨੇ ਇਹ ਵੀ ਇੱਕ ਗਿਆਨ ਇੰਦਰੀ ਹੁੰਦੀ ਹੈ ਜਿਹਦਾ ਜਿਹਦਾ ਕੰਨ ਐਸੇ ਇੱਕ ਦੂਸੇ ਸਪਰਸ਼ ਕਰੀਏ ਉਹਦੇ ਵਿੱਚੋਂ ਗਿਆਨ ਹਾਸਲ ਕਰਨੇ ਆ ਹੈਨਾ ਇਹ ਪੰਜ ਗਿਆਨ ਇੰਦਰੀਆਂ ਹੁੰਦੀਆਂ ਇਹ ਗਿਆਨ ਇੰਦਰੀਆਂ ਜਿਹੜੀਆਂ ਵਿਸ਼ੇ ਚ ਜਿੱਲੇ ਡੁੱਬੀ ਹੁੰਦੀਆਂ ਦਾ ਇਹਦੇ ਉੱਪਰ ਇੱਕ ਪਰਦਾ ਜਿਹਾ ਚੜ ਜਾਂਦਾ ਜਿਹੜਾ ਜਿਹਦੇ ਬਾਰੇ ਅਸੀਂ ਪਹਿਲਾਂ ਪੜਿਆ ਹਾ ਜੀਆਂ بڑے ਕਨੇ ਕਨੇ ਬੱਦਲ ਢੱਕੀ ਲੈਂਦੇ ਨਾ ਪ੍ਰਥਵੀ ਉਹਨਾਂ ਐਸੇ ਹੀ ਢੱਕੀ ਲੈਂਦੀ ਆ ਉਹ ਵਿਸ਼ੇ ਢੱਕੀ ਲੈਂਦੇ ਲਿਖਦਾ ਯਾ ਨਿਸ਼ਾ ਸਰਵ ਭੂਤਾਨਾਮ ਯਾ ਨਿਸ਼ਾ ਸਰਵ ਭੂਤਾਨਾਮ ਤਸਯਾਮ ਜਾਗਰਤੀ ਸਮਯਮੀ ਯਸਯਾਮ ਜਾਗਰਤੀ ਭੂਤਾਨੀ ਸਾ ਨਿਸ਼ਾ ਪਸ਼ਯਤੋ ਮੁਨੇਹ ਯਾ ਨਿਸ਼ਾ ਸਰਵ ਭੂਤਾਨਾਮ ਤਸਯਾਮ ਜਾਗਰਤੀ ਸਮਯਮੀ ਯਸਯਾਮ ਜਾਗਰਤੀ ਭੂਤਾਨੀ ਸਾ ਨਿਸ਼ਾ ਪਸ਼ਯਤੋ ਮੁਨੇ ਸੰਪੂਰਨ ਜਿੰਨੇ ਵੀ ਦੁਨੀਆ ਹੈ ਉਹਦੇ ਵਾਸਤੇ ਜਿਹੜਾ ਕੋਈ ਵੀ ਹੈ ਜਿਹੜਾ ਮਤਲਬ ਨੇਰੇ ਦੇ ਸਮਾਨ ਹੈ ਰਾਤਰੀ ਦੇ ਸਮਾਨ ਹੈ ਹੈਨਾ ਰਾਤ ਦੇ ਸਮਾਨ ਹੈ ਜਿਹੜਾ ਉਹ ਨਿੱਤਯ ਗਿਆਨ ਸਰੂਪ ਪਰਮਾਨੰਦ ਦੀ ਪ੍ਰਾਪਤੀ ਵਿੱਚ ਜਿਹੜਾ ਲੱਗਿਆ ਦਾ ਸਥਿਤ ਪ੍ਰਗਿਆ ਉਹ ਜੋਗੀ ਜਿਹੜਾ ਜਾਗਦਾ ਰਹਿੰਦਾ ਹੈ ਬਾਕੀ ਆਲੇ ਸੁਤੇ ਰਹੁੰਦੇ ਨੇ ਮਤਲਬ ਜਿਹੜਾ ਇੱਕ ਗਿਆਨ ਸਵਰੂਪ ਪਰਮਾਨੰਦ ਦੀ ਪ੍ਰਾਪਤੀ ਵਿੱਚ ਲਗੇ ਦਾ ਜਿਹੜਾ ਸਥਿਤប្រਗਿਆ ਉਹ ਯੋਗੀ ਜਿਹੜਾ ਉਸ ਰਾਤਰੀ ਵਿੱਚ ਵੀ ਜਾਗੇ ਰਹਿੰਦਾ ਔਰ ਜਿਸ ਨਾਸ਼ਵਾਨ ਸੰਸਾਰਿਕ ਸੁਖ ਦੀ ਪ੍ਰਾਪਤੀ ਵਿੱਚ ਸਾਰੇ ਪ੍ਰਾਣੀ ਜਾਗਦੇ ਨੇ ਨਾਸ਼ਵਾਨ ਸੰਸਾਰਿਕ ਸੁਖ ਦੀ ਪ੍ਰਾਪਤੀ ਵਿੱਚ ਸਭ ਪ੍ਰਾਣੀ ਜਿਹੜੇ ਜਾਗਦੇ ਰਹੁੰਦੇ ਨੇ ਪਰਮਾਤਮਾ ਦੇ ਤਤਵ ਕੀ ਜਾਣਿਆਲੇ 무ਨੀ ਵਸਤੈ ਉਹ ਰਾਤਰੀ ਦੇ ਸਮਾਨ ਹੈ ਉਹ ਨੇਰੇ ਦੇ ਸਮਾਨ ਦਾ ਉਹ ਜਿਸੀ ਸੰਸਾਰਿਕ ਲੋਕ ਜਿਸੀ ਸੁਖ ਮੰਦਨ ਉਹ ਵੀ ਹਨੇਰਾ ਹੀ ਹੈ ਉਹ ਵੀ ਹਨੇਰਾ ਹੈ ਉਸ ਹਨੇਰੇ ਦੇ ਅੰਦਰ ਇੱਕ ਪ੍ਰਕਾਸ਼ ਹੈ ਉਹ ਪ੍ਰਕਾਸ਼ ਕਿਹੜਾ ਹੈ ਗਿਆਨ ਸਰੂਪ ਪਰਮਾਨੰਦ ਗਿਆਨ ਸਰੂਪ ਪਰਮਾਨੰਤੀ ਪ੍ਰਾਪਤੀ ਉਹ ਪ੍ਰਕਾਸ਼ ਹੈ ਉਹ ਪ੍ਰਕਾਸ਼ ਕੀ ਜਾਣਦਾ ਕੋਨੇ ਸਥਿਤ ਪ੍ਰज्ञ योगी ਉਸ ਪ੍ਰਕਾਸ਼ ਕੀ ਜਾਣਨ ਵਾਸਤੇ ਜਾਗਿਰ ਹੁੰਦਾ ਜਾਗਿਰ ਹੁੰਦਾ ਜਾਗਿਰ ਹੁੰਦਾ ਲੇਕਿਨ ਜਿਸ ਨਾਸ਼ਵਾਨ ਸੰਸਾਰਿਕ ਸੁਖ ਦੀ ਪ੍ਰਾਪਤੀ ਵਾਸਤੇ ਸਭ ਪ੍ਰਾਣੀ ਜਾਗੇ ਦੇ ਸੰਸਾਰਿਕ ਸੁਖੇ ਵਾਸਤੇ ਜਾਗੇ ਦੇ ਹੈਨਾ ਜਾਗੇ ਦੇ ਐਨ ਲੇਕਿਨ ਜਾਗੇ ਦੇ ਕਿਦੇ ਵਾਸਤੇ ਹੈ ਸੰਸਾਰਿਕ ਸੁਖ ਦੀ ਪ੍ਰਾਪਤੀ ਵਾਸਤੇ ਹੈ ਠੀਕ ਹੈ ਤਾਂ ਉਹ ਜਿਹੜਾ ਸੰਸਾਰਿਕ ਸੁਖ ਹੈ ਪਰਮਾਤਮਾ ਕੀ ਪ੍ਰਾਪਤ ਕਰਨ ਵਾਲਾ ਜਿਹੜਾ ਰਿਸ਼ੀ मुनि ਲੋਗਨ ਉਹ ਸੰਸਾਰੀ ਸੁਖ ਕੀ ਵੀ ਰਾਤਰੀ ਅਗਰ ਸਮਝਦੇ ਨੇ ਰਾਤ ਅਗਰ ਤਾਂ ਸਮਝਦੇ ਉਸੇ ਆਹਦੇ ਕਿ ਇਹ ਸੁਖ ਜਿਹੜਾ ਇਹ ਵਾਸਤਵਿਕ ਸੁਖ ਨਹੀਂ ਹੈ ਇਹ ਵੀ ਤੇ ਰਾਤ ਹੀ ਹੈ ਜਿਆਦਾ ਸਵੇਰਾ ਇੰਦੀ ਜ਼ਿੰਦਗੀ ਚੋਂ ਨਾ ਨਹੀਂ ਮਤਲਬ ਅੰਧੇਰਾ ਰੂਪੀ ਹੈ ਅਗੇ ਲਿਖਦਾ ਆਪੂਰਿਯ ਮਾਨ ਮਚਲ ਪ੍ਰਤਿਸ਼ਠਮ ਆਪੂਰਿਯ ਮਾਨ ਮਚਲ ਪ੍ਰਤਿਸ਼ਠਮ ਸਮੁਦਰ ਮਾਪਹ ਪ੍ਰਵਿਸ਼ੰਤੀ ਯਦਵਤ ਸਮੁਦਰ ਮਾਪਹ ਪ੍ਰਵਿਸ਼ੰਤੀ ਯਦਵਤ ਤਦਵਤ ਕਾਮ ਤਦਵਤ ਕਾਮ ਯਮ ਪ੍ਰਵਿਸ਼ੰਤੀ ਸਰਵੇ ਸਾ ਸ਼ਾਂਤੀ ਮਾਪਨੋਤੀ ਸਾ ਸ਼ਾਂਤੀ ਮਾਪਨੋਤੀ ਨਾ ਕਾਮ ਕਾਮੀ आपूर्यमाणा मचलप्रतिष्ठं समुद्रमापः प्रविशन्ति यद्वत् तद्वत् कामायं प्रविशन्ति सर्वे सा शान्तिमाप्नोति न कामकामि आपूर्यमाना मचलप्रतिष्ठं समुद्रमापः प्रविशन्ति यद्वत् तदवत्त कामायम प्रविशन्ति सर्वे साशांति माप्नोति न कामकामी स्त्री के नए श्लोक गाया जांदा या बोल दे ने इसी गाय है आगे सुने अर्थ समझ नेया एदा अर्थ है जेडी तरह तरह दी नदियां उंदा जेड़ा पानी है जिन्हियां बिना किसी शोर शराबे दा एक जगह विच रुकी रोने वाले समुद्र दे विच जी आस्ते जे या समाई जांदा ਤਰ੍ਹਾਂ ਤਰ੍ਹਾਂ ਦੀਆਂ ਨਦੀਆਂ ਜਿਹੜੀਆਂ ਹਨ ਇੱਕ ਜਗ੍ਹਾ ਰੁੱਕੇ ਦੇ ਸਮੁੰਦਰ ਦੇ ਵਿੱਚ ਜੀਏ ਸਾਰੀਆਂ ਸਮਾਈ ਜਾਂਦੀਆਂ ਹਨ ਉញ្ញਾਂ ਦਾ ਤਰ੍ਹਾਂ ਤਰ੍ਹਾਂ ਦੇ ਭੋਗ ਤਰ੍ਹਾਂ ਤਰ੍ਹਾਂ ਦੀਆਂ ਸੁਖ ਦੇਣ ਵਾਲੀਆਂ ਚੀਜ਼ਾਂ ਜਿਹੜਾ ਇੱਕ ਸਥਿਤ ਪ੍ਰज्ञ पुरुष ਹੈ ਜਿਹੜਾ ਆਪਣੀ ਬੁੱਧੀ ਗਿ ਸਥਿਰ ਰੱਖਣ ਵਾਲਾ ਪੁਰਸ਼ ਹੈ ਉਹਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਵਿਕਾਰ ਜਿਹੜਾ ਉਤਪਨ ਕੱਤੇ ਦੇ ਬਿਨਾਂ ਹੀ ਉਹਦੇ ਅੰਦਰ ਜੀਅ ਸਮਾਈ ਜਾਂਦੇ ਸਾਰੇ ਦੇ ਸਾਰੇ ਭੋਗ ਜਿਹੜੇ ਨੇ ਉਹਦੇ ਅੰਦਰ ਜੀਅ ਸਮਾਈ ਜਾਂਦੇ ਬਿਨਾਂ ਕਿਸੇ ਸ਼ੋਰ ਸ਼ਰਾਬਾ ਕੱਤੇ ਦੇ ਔਰ ਉਹ ਜਿਹੜਾ ਪੁਰਸ਼ ਹੈ ਉਹ ਪਰਮ ਸ਼ਾਂਤੀ ਇਹ ਪ੍ਰਾਪਤ ਹੁੰਦਾ ਜਿਹੜਾ ਭੋਗੇ ਕੀ ਚਾਣ ਲਈ ਹੁੰਦਾ ਜਿਹੜਾ ਪੋ ਲਵ ਲਵ ਲੈਂਦੇ ਤਾਂ ਉਹਦੇ 'ਚ ਡੁੱਬੀ ਜਾਂਦਾ ਉਸੇ ਜਿਹੜਾ ਉਸੇ ਸ਼ਾਂਤੀ ਪਰਮ ਸ਼ਾਂਤੀ ਜਿਹੜੀ ਹੈ ਪ੍ਰਾਪਤ ਨਹੀਂ ਹੋ ਸਕਦੀ ਜਿਹੜਾ ਭੋਗੇ ਵਿੱਚ ਤਾਂ ਡੁੱਬੀ ਜਾਂਦਾ ਨਹੀਂ ਭੋਗ ਆ ਨਹੀਂ ਉਹਦੇ ਵਿੱਚ ਡੁੱਬੀ ਜਾਂਦਾ ऐसा जड़ा इंसान है जिसे अंदर जा भोग डुबी जो है अपने आप जाए उ परम शांति प्राप्त करता बाकी इंसान है कदम भी शांति प्राप्त नहीं कर सकता विहाय कामान्य विहाय कामान्य सर्वान पुमाम्स चरती निष्पृहा विहाय कामान्य सर्वान पुमाम्स चरती निष्पृहा निर्ममो निरहंकार निर्ममो निरहंकार सा शांति मती गति जड़ा पुरुष संपूर्ण कामना की त्याग करिए ममता नहीं जड़ा अहंकार रहित है और स्प्रिहा रहित है और हमेशा हुई इधर उधर चलता फिरता रोंदा उसी ही शांति प्राप्त है हम जड़ा शांति की प्राप्त होता इंसान और कोई दुआ नहीं होता जो ममता नहीं करता कुसा गुस्सा नहीं करता कोई इसी नहीं है उसे शांति की प्राप्त कर सकता बाकी कोई दुआ नहीं कर ऐसा भगवान श्री कृष्ण जी इस कतरवे श्लोक आखिते बत्रवा श्लोक है एशा ब्राह्मी स्थिति पार्थ एशा ब्राह्मी स्थिति पार्थ नहीं प्राप्य विमुह्यति नहींनाम प्राप्य विमुह्यति स्थितवा स्थितवास्य स्थितवास्य मंतकालेपि, काले मंतकालेपि, मंत काले ब्रह्म निर्वाण मृचति ब्रह्म निर्वाण मृचति एषा ब्राह्मी स्थिति पार्थ नैना प्राप्य विमुह्यति स्थितवास्य मंतकालेपि, काले ब्रह्म निर्वाण मृचति ये वास्ते भगवान श्री कृष्ण जी ने ਇਸ ਸ਼ਲੋਕ ਵਿੱਚ ਇੱਕ ਈ ਗੱਲ ਆਖੀ ਦੀ ਹੈ ਇਹ ਬ੍ਰਹਮਾ ਕੀ ਪ੍ਰਾਪਤ ਹੋਣ ਵਾਲੇ ਪੁਰਸ਼ ਦੀ ਸਥਿਤੀ ਹੈ ਜਿਹੜਾ ਸਹੀ ਮਾਇਨੇ ਚ ਬ੍ਰਹਮਾ ਕੀ ਜਿਹੜਾ ਪ੍ਰਾਪਤ ਹੋਣ ਵਾਲਾ ਇਨਸਾਨ ਹੈ ਉਹਦਾ ਇਹ ਹੈ ਲਕਸ਼ਣ ਜਿਹੜਾ ਮੈਂ ਤੁਹਾਨੂੰ ਦੱਸਿਆ ਇਸੇ ਪ੍ਰਾਪਤ ਹੋਏ ਜਿਹੜੇ ਯੋਗਿਨ ਉਹ ਕਦੇ ਵੀ ਕੁਝ ਕੁਝ ਦੋਈ ਚੀਜ਼ੇ ਕਨੇ ਮੋਹਿਤ ਨਹੀਂ ਹੁੰਦੇ ਔਰ ਆਪਣੇ ਅੰਤਿਮ ਸਮੇਂ ਵਿੱਚ ਵੀ ਆਪਣਾ ਜਿਹੜਾ ਉਹਦਾ ਲਾਸਟ ਟਾਈਮ ਹੈ ਲਾਸਟ ਵੇਲਾ ਹੁੰਦੀ ਹੈ ਜਿਹੜੀ ਹੁੰਦੀ ਸਭ ਤੋਂ ਅੰਤ ਜੜ ਲੈ ਉਹਦਾ ਮੌਤ ਹੁੰਦੀ ਹੈ ਉ ਲੈ ਵੀ ਉਹ ਇਸ ਬ੍ਰਾਹਮੀ ਸਥਿਤੀ ਵਿੱਚ ਦਸਤਿਤ ਹੋਈ ਹੈ ਬ੍ਰਹਮਾਨੰਦ ਕੀ ਪ੍ਰਾਪਤ ਕਰ ਲੈਂਦਾ ਬਿਲਕੁਲ ਪਛਤਾਂਦਾ ਨਹੀਂ ਰੋਂਦਾ ਨਹੀਂ ਚੀਲਾਂਦਾ ਨਹੀਂ ਬਿਲਕੁਲ ਡਰਦਾ ਨਹੀਂ ਬਿਲਕੁਲ ਭੈ ਨਹੀਂ ਕਰਦਾ ਔਰ ਉਸ ਬ੍ਰਹਮਾਨੰਦ ਕੀ ਪ੍ਰਾਪਤ ਹੁੰਦਾ ਇਹ ਦੁਆਦਿਆ ਹਜੇ ਸੀ ਐਸ ਐਮ ਪੜ ਲਿਆ ਓਮ ਤਤਸਦਿਤੀ श्रीमद भगवत गीता सू पणिशद सू ब्रह्म विद्यायाम योग शास्त्रे श्री कृष्ण अर्जुन संबादे सांख्य योगो नाम द्वितीय उत्सवः एरे असं ज्ञान योग दे कर्म योग दे शिक्षा इस अध्याय विच प्राप्त गति ए साडा पार्ट 5 हा जस्सी असें पढ़ लिया एदे बाद वाला जेड़ा पार्ट है ओ 6 लिया होना से 6वां इसा लिया होना त्रिया अध्याय पूरा अध्याय है इक्के पढ़ लेना त्रिया क्योंकि छोटा अध्याय है जुड़े रवो अपने डोगरी भाषा विच थोड़ा थोड़ा गीता जी का ज्ञान देने की साड़ी कोशिश है बाकी थोड़ा स्वागत है मैं यहाँ कि इंत सही वीडियो है तुस अपने तरीके भी इसी समझो अगर भी है, या मैं कुछ गलत दसा थल लिखिए दसी सकते हो। आज कोशिश करके और भी थोड़ा बेहतर करने की ये छोटा जा प्रयास है आने वाले दिन वीडियो बनानी हैं। तब तक ते तो जुड़े रहो और आशीर्वाद असेंशीवाद दवो ताकि साड़ी सी जड़ी मुहिम है पूरी हो ठीक है सारे की जय 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 श्री राम जय श्री कृष्णा ओम नमः शिवाय